ਯੂਪੀ ਦੇ ਵਿੱਚੋਂ ਇੱਕ ਬਹੁਤ ਵੱਡਾ ਸੁਨੇਹਾ ਪੂਰੀ ਦੁਨੀਆ ਦੇ ਵਿੱਚ ਜਾਣਾ ਕਿ ਨਿਸ਼ਾਨ ਸਾਹਿਬ ਸਿੱਖੀ ਦੇ ਨਾਲ ਜਿਹੜਾ ਟਕਰਾਊਗਾ ਉਹਦਾ ਭਲਾ ਨਹੀਂ ਹੋਣਾ। ਸਾਰੇ ਪੰਜ ਦੇ ਵਿੱਚ ਗੱਲ ਚੱਲਦੀ ਆ ਕਿ ਸਿੱਖ ਇਕੱਠੇ ਕਿਵੇਂ ਹੋਣਗੇ। ਅੱਜ ਇੱਥੇ ਗੁਰੂ ਦੇ ਨਿਸ਼ਾਨ ਸਾਹਿਬ ਨੂੰ ਚਲਾਉਣ ਵਾਸਤੇ ਪ੍ਰਚਾਰਕਾਂ ਦੇ ਵਿੱਚੋਂ ਵੀ ਬੰਦੇ ਪਹੁੰਚੇ ਆ, ਕਾਰ ਸੇਵਾ ਵਾਲੇ ਵੀ ਖੜੇ ਆ, ਮੀਤ ਸਿੰਘ ਜਥੇਬੰਦੀਆਂ ਖੜੀਆਂ, ਆਗੂ ਖੜੇ ਨੇ ਵੱਖ ਵੱਖ ਪਾਰਟੀਆਂ ਦੇ, ਨਾਨਕ ਮੱਤਾ ਸਾਹਿਬ ਦੀ ਕਮੇਟੀ। ਮਤਲਬ ਜ਼ਰੂਰੀ ਨਹੀਂ ਸਾਡੇ 100% ਇੱਕ ਦੂਜੇ ਨਾਲ ਵਿਚਾਰ ਮਿਲਦੇ ਹੋਣ, ਬਹੁਤ ਵਖਰੇਵੇਂ ਨੇ ਸਿੰਘ ਸਭਾ ਵਾਲੇ, ਹੋਰ ਬਹੁਤ ਸਾਰੇ ਭਾਈ ਸਾਹਿਬ ਖੜੇ ਆ ਪ੍ਰਚਾਰਕ, ਪਰ ਜਿੱਥੇ ਗੁਰੂ ਦੇ ਨਿਸ਼ਾਨ ਦਾ ਮਸਲਾ ਉੱਥੇ ਅਸੀਂ ਸਾਰੇ ਇੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਹੁਤ ਵੱਡੀ ਬਖਸ਼ਿਸ਼ ਹੋਈ ਹੈ ਜੋ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪਖੰਡੀ ਲੋਕਾਂ ਨੇ ਕਾਬਜ਼ ਹੋ ਕੇ ਗੁਰੂ ਕੀ ਗੋਲਕ ਨੂੰ ਨਿੱਜੀ ਹਿੱਤਾਂ ਦੇ ਵਿੱਚ ਵਰਤਿਆ ਸੀਗਾ, ਔਰ ਇੱਥੇ ਨਿਸ਼ਾਨ ਸਾਹਿਬ ਜਿਹੜਾ ਸੀਗਾ ਇਹ ਰੜਕਦਾ ਸੀਗਾ, ਪੰਥ ਦੋਖੀਆਂ ਨੂੰ ਪਹਿਲੇ ਦਿਨ ਤੋਂ ਰੜਕਦਾ ਰਿਹਾ, ਔਰ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਅਤੇ ਤੁਹਾਡੀ ਸਾਰੇ ਸੰਗਤ ਦੀ ਸਹਿਯੋਗ ਦੇ ਨਾਲ ਪਿੰਡ ਕੀਰਤਪੁਰ ਜਿਹੜਾ ਪੀਲੀ ਭੀਤ ਜ਼ਿਲ੍ਹੇ ਦਾ ਪਿੰਡ ਹੈ, ਇਸ ਪਿੰਡ ਦੇ ਵਿੱਚ ਆ ਸਾਰੇ ਨਗਰ ਜਿਹੜਾ ਸਾਰਾ ਬੀਬੀਆਂ ਭੈਣਾਂ ਵੀਰ ਬਜ਼ੁਰਗ ਵੇਖੋ, ਇਹਨਾਂ ਨੇ ਇੱਕਮੁੱਠ ਹੋ ਕੇ ਪਖੰਡ ਦੀ ਜੜ ਪਿੰਡ ਦੇ ਵਿੱਚੋਂ ਪੱਟ ਕੇ ਔਰ ਇੱਥੇ ਆ ਨਿਸ਼ਾਨ ਸਾਹਿਬ ਜਿਹੜਾ ਚੁਲਾਤਾ। ਸਾਡੇ ਨਾਲ ਕਾਰ ਸੇਵਾ ਵਾਲੇ ਬਾਬਾ ਜੀ ਤੇ ਹੋਰ ਸਾਰੇ ਨਿਹੰਗ ਸਿੰਘ ਜਥੇਬੰਦੀਆਂ, ਬਾਬਾ ਜੀ ਭੂਰੀ ਵਾਲੇ, ਔਰ ਗੁਰਦੁਆਰਾ ਨਾਨਕ ਮੱਤਾ ਸਾਹਿਬ ਤੋਂ ਜਥੇਦਾਰ ਗੁਰਮੇਜ ਸਿੰਘ, ਬਲਜਿੰਦਰ ਸਿੰਘ, ਸਾਰੇ ਜ਼ਿੰਮੇਵਾਰ ਇੱਥੇ, ਸਾਰੀ ਸੰਗਤ, ਸਾਰਾ ਇਲਾਕਾ, ਔਰ ਅਸੀਂ ਸਾਰੀ ਸੰਗਤ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹਨਾਂ ਨੂੰ ਨਿਸ਼ਾਨ ਸਾਹਿਬ ਰੜਕਦੇ ਆ ਉਹਨਾਂ ਲੋਕਾਂ ਦਾ ਜਿਹੜਾ ਪਤਨ ਹੋਣਾ ਉਹ ਯਕੀਨੀ ਹੈ। ਇਸ ਪਿੰਡ ਦੇ ਮੈਂ ਸਾਰੀ ਸੰਗਤ ਨੂੰ ਮੁਬਾਰਕਬਾਦ ਦਿੰਦਾ ਦਰਬਾਰੇ ਖਾਲਸਾ ਵੱਲੋਂ, ਕਿਉਂਕਿ ਜਦੋਂ ਪ੍ਰਬੰਧਕ ਵੀਰਾਂ ਨੇ ਹੁਕਮ ਕੀਤਾ, ਦੱਸਿਆ ਸੀਗਾ ਕਿ ਇੱਥੇ ਇੱਦਾਂ ਨਿਸ਼ਾਨ ਸਾਹਿਬ ਚਲਾਉਣਾ, ਤਾਂ ਫਿਰ ਲਾਜ਼ਮੀ ਇਹ ਕੱਟ ਵੱਟ ਕਰਕੇ ਸਮਾਗਮ ਜਿਹੜਾ ਦਿੱਤਾ ਸੀ, ਔਰ ਇਹ 'ਤੇ ਆਪਾਂ ਡਟ ਕੇ ਪਹਿਰਾ ਦੇਣੇ, ਕਿਸੇ ਤੋਂ ਘਬਰਾਉਣ ਦੀ ਲੋੜ ਨਹੀਂ। ਕਾਨੂੰਨ ਦੇ ਦਾਇਰੇ 'ਚ ਰਹਿ ਕੇ ਜਿਹੜੀਆਂ ਸੇਵਾਵਾਂ ਨੇ ਉਹ ਸਾਡੇ ਸਤਿਕਾਰਯੋਗ ਪ੍ਰਬੰਧਕ ਸਾਹਿਬਾਨ ਕਰਨਗੇ। ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਸੀਂ ਪਿੰਡ ਦੇ ਪਖੰਡ ਨੂੰ, ਪਿੰਡ ਦੇ ਵਿੱਚ ਜਿਹੜਾ ਪਖੰਡ ਚੱਲਦਾ ਸੀਗਾ ਉਹਨੂੰ ਖਤਮ ਕਰਤਾ, ਔਰ ਇਹ ਨਿਸ਼ਾਨ ਸਾਹਿਬ ਜਿਹੜਾ ਨਿਸ਼ਾਨ ਸਾਹਿਬ ਜਕਰੀਏ ਦੀਆਂ ਅੱਖਾਂ ਦੇ ਵਿੱਚ ਰੜਕਦਾ ਸੀ, ਜਿਹੜਾ ਨਿਸ਼ਾਨ ਸਾਹਿਬ ਜ਼ਾਲਮਾਂ ਦੀਆਂ ਅੱਖਾਂ 'ਚ ਸ਼ੁਰੂ ਤੋਂ ਰੜਕਦਾ ਰਿਹਾ, ਮੈਂ ਘਟਨਾ ਦੁਹਰਾਉਣਾ ਚਾਹੁੰਦਾ ਇੱਕ ਮਿੰਟ 'ਚ ਫਤਿਹ ਬੁਲਾਉਣਾ, ਕਿ ਭਾਈ ਆਲਮ ਸਿੰਘ ਨੂੰ ਵਕਤ ਦੇ ਜ਼ਾਲਮਾਂ ਨੇ ਕਿਹਾ ਸੀ ਕਿ ਨਿਸ਼ਾਨ ਸਾਹਿਬ ਪਰੇ ਸਿੱਟਦੇ ਨਹੀਂ, ਤੇਰੇ ਹੱਥ ਕੱਟ ਦਿਆਂਗੇ। ਉਹ ਸਿੱਖ ਕਹਿੰਦਾ ਮੈਂ ਆਪਣੇ ਪੈਰਾਂ ਨਾਲ ਸਾਂਭ ਲਵਾਂਗਾ, ਕਹਿੰਦੇ ਪੈਰ ਕੱਟ ਦਿਆਂਗੇ, ਮੂੰਹ ਨਾਲ ਸੰਭਾਲਾਂਗਾ, ਕਹਿੰਦੇ ਗਰਦਨ ਕੱਟ ਦਿਆਂਗੇ, ਪਰ ਗੁਰੂ ਕਾ ਸਿੱਖ ਦਾ ਜਵਾਬ ਸੀ ਕਿ ਜੇ ਗਰਦਨ ਕੱਟ ਦਿਓਗੇ ਤਾਂ ਨਿਸ਼ਾਨ ਸਾਹਿਬ ਨੂੰ ਨਿਸ਼ਾਨ ਸਾਹਿਬ ਦਾ ਮਾਲਕ ਸਾਂਭੂਗਾ, ਪਰ ਜਿਉਂਦੇ ਜੀ ਮੈਂ ਡਿੱਗਣ ਨਹੀਂ ਦੇਣਾ। ਤੇ ਅੱਜ ਇੱਥੇ ਯੂਪੀ ਦੇ ਵਿੱਚੋਂ ਇੱਕ ਬਹੁਤ ਵੱਡਾ ਸੁਨੇਹਾ ਪੂਰੀ ਦੁਨੀਆ ਦੇ ਵਿੱਚ ਜਾਣਾ ਕਿ ਨਿਸ਼ਾਨ ਸਾਹਿਬ ਸਿੱਖੀ ਦੇ ਨਾਲ ਜਿਹੜਾ ਟਕਰਾਊਗਾ ਉਹਦਾ ਭਲਾ ਨਹੀਂ ਹੋਣਾ। ਇੱਥੋਂ ਦੇ ਸਮੁੱਚੇ ਪ੍ਰਸ਼ਾਸਨ ਨੇ ਸਾਥ ਦਿੱਤਾ, ਉਹਨਾਂ ਦਾ ਵੀ ਧੰਨਵਾਦ ਹੈ, ਮਾਨਯੋਗ ਹਾਈ ਕੋਰਟ ਦਾ ਧੰਨਵਾਦ ਹੈ,
ਜਿਨ੍ਹਾਂ ਨੇ ਬਹੁਤ ਸੋਹਣਾ ਫੈਸਲਾ ਕੀਤਾ ਕਿ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਇੱਥੇ ਕੰਮ ਸਾਰਾ ਹੋਣਾ ਚਾਹੀਦਾ। ਕਿੰਨੇ ਖੁਸ਼ੀ ਦੀ ਗੱਲ ਹੈ, ਸਾਰੇ ਪੰਚ ਦੇ ਵਿੱਚ ਗੱਲ ਚੱਲਦੀ ਆ ਕਿ ਸਿੱਖ ਇਕੱਠੇ ਕਿਵੇਂ ਹੋਣਗੇ। ਅੱਜ ਇੱਥੇ ਗੁਰੂ ਦੇ ਨਿਸ਼ਾਨ ਸਾਹਿਬ ਨੂੰ ਚਲਾਉਣ ਵਾਸਤੇ ਪ੍ਰਚਾਰਕਾਂ ਦੇ ਵਿੱਚੋਂ ਵੀ ਬੰਦੇ ਪਹੁੰਚੇ ਆ, ਕਾਰ ਸੇਵਾ ਵਾਲੇ ਵੀ ਖੜੇ ਆ, ਮੈਂ ਸਿੰਘ ਜਥੇਬੰਦੀਆਂ ਖੜੀਆਂ, ਆਗੂ ਖੜੇ ਨੇ ਵੱਖ ਵੱਖ ਪਾਰਟੀਆਂ ਦੇ, ਨਾਨਕ ਮੱਤਾ ਸਾਹਿਬ ਦੀ ਕਮੇਟੀ, ਮਤਲਬ ਜ਼ਰੂਰੀ ਨਹੀਂ ਸਾਡੇ 100% ਇੱਕ ਦੂਜੇ ਨਾਲ ਵਿਚਾਰ ਮਿਲਦੇ ਹੋਣ, ਬਹੁਤ ਵਖਰੇਵੇਂ ਨੇ ਸਿੰਘ ਸਭਾ ਵਾਲੇ, ਹੋਰ ਬਹੁਤ ਸਾਰੇ ਭਾਈ ਸਾਹਿਬ ਖੜੇ ਆ ਪ੍ਰਚਾਰਕ, ਪਰ ਜਿੱਥੇ ਗੁਰੂ ਦੇ ਨਿਸ਼ਾਨ ਦਾ ਮਸਲਾ ਉੱਥੇ ਅਸੀਂ ਸਾਰੇ ਇੱਕ ਆ। ਪੰਜ ਜਕਾਰੇ ਆਪਾਂ ਛੱਡਣੇ ਆ ਤੇ ਫਿਰ ਉਸ ਤੋਂ ਬਾਅਦ ਨੰਗਰ ਪਾਣੀ ਦਾ ਜਿਹੜਾ ਪ੍ਰੋਗਰਾਮ ਆ ਸਾਰਿਆਂ ਨੇ ਛੱਡ ਕੇ ਜਾਣਾ। ਨੌਜਵਾਨ ਭਰਾਵੋ, ਮੇਰੀ ਬੇਨਤੀ ਨੋਟ ਕਰੋ, ਤੁਹਾਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਜਾਊਗੀ। ਜਦੋਂ ਬੰਦੇ ਹਾਰ ਜਾਂਦੇ ਨੇ ਉਹ ਇਹ ਕੋਸ਼ਿਸ਼ਾਂ ਕਰਦੇ ਨੇ ਵੀ ਲੜੋ, ਪਰ ਆਪਾਂ ਕਿਸੇ ਨਾਲ ਲੜਨਾ ਨਹੀਂ। SDM ਸਾਹਿਬ ਨਾਲ ਮੇਰੀ ਗੱਲ ਹੋਈ ਹੈ, ਉਹ ਕਹਿੰਦੇ ਤੁਹਾਨੂੰ ਕੋਈ ਇੱਥੇ ਮਰਿਆਦਾ ਦੇ ਵਿੱਚ 19 ਕੀ ਕਰਦਾ, ਤੁਸੀਂ ਆਪ ਨਹੀਂ ਬੋਲਣਾ, ਸਾਡੇ ਨਾਲ ਗੱਲ ਕਰੋ ਸਿੱਧੀ ਆ ਕੇ, ਪ੍ਰਸ਼ਾਸਨ ਦੇ ਧਿਆਨ 'ਚ ਲਿਆਓ, ਕਾਨੂੰਨੀ ਦਾਇਰੇ ਦੇ ਵਿੱਚ ਰਹਿਣਾ, ਕਿਸੇ ਨੂੰ ਆਪਾਂ ਮੌਕਾ ਨਹੀਂ ਦੇਣਾ ਕਿ ਕੋਈ ਸਾਡਾ ਨੁਕਸਾਨ ਕਰੇ ਕਾਨੂੰਨੀ ਤੌਰ 'ਤੇ। ਮਾਨਯੋਗ ਹਾਈਕੋਰਟ ਤੁਹਾਡੇ ਨਾਲ ਹੈ, ਪ੍ਰਸ਼ਾਸਨ ਤੁਹਾਡੇ ਨਾਲ ਹੈ, ਸਭ ਤੋਂ ਜਿਹੜੀ ਸਿੱਖਣ ਦੀ ਗੱਲ ਕਿ ਗੁਰੂ ਆਪਣੇ ਸਭ ਦੇ ਨਾਲ ਹੈ। ਸੋ ਇਸ ਲਈ ਇੱਕ ਚਾਰਾ ਪ੍ਰਵਾਨ ਕਰਿਓ, ਪੰਜ ਜਕਾਰੇ ਹਾਂਜੀ ਬਿਲਕੁਲ ਕਰੋ। ਸਾਰੀ ਸੰਗਤ, ਸਾਰਾ ਪੰਥ ਤੁਹਾਡੇ ਨਾਲ ਹੈ, ਕਿਤੇ ਅੱਧੀ ਰਾਤ ਬਾਅਦ ਮਾਰੋ ਅਰਦਾਸ ਵੀ ਤੁਹਾਡੇ ਨਾਲ ਹਾਜ਼ਰ ਹੋਏਗਾ ਹਰ ਵੇਲੇ, ਅੱਗੇ ਵੀ ਤੁਸੀਂ ਜਦੋਂ ਬੁਲਾਉਂਦੇ ਨਹੀਂ ਆਉਣਾ, ਹੁਣ ਵੀ ਜਦੋਂ ਬੁਲਾਓਗੇ ਆਵਾਂਗੇ, ਘਬਰਾਉਣਾ ਨਹੀਂ। ਇਹ ਨਿਸ਼ਾਨ ਅੱਜ ਗੁਰੂ ਮਹਾਰਾਜ ਦਾ ਤੁਸੀਂ ਚੜ੍ਹਾ ਦਿੱਤਾ, ਔਰ ਇਹ ਸਤਿਗੁਰੂ ਕਿਰਪਾ ਕਰੇ ਹਮੇਸ਼ਾ ਸਦੀਆਂ ਤੱਕ ਇਹ ਝੂਲਦਾ ਰਹੇਗਾ। ਸੋ ਸਾਰੀਆਂ ਸੰਗਤਾਂ ਨੂੰ ਇੱਕ ਵਾਰੀ ਫੇਰ ਲੱਖ ਲੱਖ ਵਧਾਈਆਂ, ਗੁਰੂ ਮਹਾਰਾਜ ਕਿਰਪਾ ਕਰਨ ਤੁਹਾਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਸ਼ਾਹ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ। ਸਮਝ ਵੀ ਜਾ ਰਹੀ ਹੈ, ਝੂਮਤੇ ਨਿਸ਼ਾਨ ਰਹੇ।